ਇਹ ਸਿਮਰਨ ਭਾਬੀ ਇਹ ਤਾਂ ਸਾਰਿਆਂ ਤੋਂ ਲੁਕ ਲੁਕ ਕੇ ਕਿੱਥੇ ਜਾ ਰਹੇ ਨੇ? ਇਹ ਕਦੋਂ ਤੋਂ ਡਰਨ ਲੱਗ ਗਏ? ਜ਼ਰੂਰ ਕੋਈ ਤੇ ਗੱਲ ਹੈ, ਪਤਾ ਕਰਦੀ ਹਾਂ। ਲਾਈਕ ਸੀਰੀਅਸਲੀ, ਸਿਮਰਨ ਭਾਬੀ ਨੂੰ ਸੀਰਤ ਨਾਲ ਮਿਲਣਾ ਸੀ, ਪਰ ਇੱਥੇ ਲੁਕ ਲੁਕ ਕੇ ਕਿਉਂ? ਇੱਥੇ ਤੇ ਵੀ ਕਿਹੜੀ ਗੱਲ ਹੋ ਸਕਦੀ ਹੈ? ਤੂੰ ਇੱਥੇ ਕੀ ਕਰ ਰਹੀ? ਜੇ ਤੈਨੂੰ ਕਿਸੇ ਨੇ ਵੇਖ ਲਿਆ ਤੇ? ਵੈਸੇ ਵੀ ਇੰਨੀ ਪ੍ਰੋਬਲਮ ਚੱਲ ਰਹੀ ਹੈ। ਪ੍ਰੋਬਲਮ? ਕਿਹੜੀ ਪ੍ਰੋਬਲਮ? ਮੈਨੂੰ ਕੋਈ ਫਰਕ ਨਹੀਂ ਪੈਂਦਾ, ਆਈ ਡੋਂਟ ਕੇਅਰ। ਮੈਂ ਤਾਂ ਬਸ ਇਹ ਜਾਣਨਾ ਚਾਹੁੰਦੀ ਸੀ ਕਿ ਤੁਸੀਂ ਅੱਗੇ ਕੀ ਸੋਚਿਆ ਅਤੇ ਸਾਡਾ ਅੱਗੇ ਕੀ ਪਲਾਨ ਹੈ। ਤੁਸੀਂ ਦੇਖਿਓ ਨਾ, ਉਹ ਹੀਰ ਮੇਰੇ ਨਾਲ ਕਿੰਨੀ ਬਦਤਮੀਜ਼ੀ ਨਾਲ ਗੱਲ ਕਰ ਰਹੀ ਸੀ, ਅਤੇ ਉਹ ਡੀਜੇ, ਉਹ ਵੀ ਉਹਦੀ ਹੀ ਸਾਈਡ ਲੈ ਰਹੇ ਸੀ। ਮੈਂ ਆਪਣੀ ਇਨਸਲਟ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਐਸੀ ਸਿਮਰਨ ਦੀ ਸਾਨੂੰ ਛੇਤੀ ਕੁਛ ਕਰਨਾ ਪਏਗਾ। ਰਿਲੈਕਸ ਸੀਰਤ, ਮੈਂ ਜਾਣਦੀ ਹਾਂ ਤੂੰ ਗੁੱਸੇ 'ਚ ਹੈ ਅਤੇ ਤੇਰਾ ਗੁੱਸਾ ਬਿਲਕੁਲ ਸਹੀ ਹੈ, ਪਰ ਸਾਨੂੰ ਹਲੇ ਕੁਝ ਦਿਨਾਂ ਲਈ ਨਾ ਅੰਡਰਗਰਾਊਂਡ ਹੋ ਜਾਣਾ ਚਾਹੀਦਾ। ਵੈਸੇ ਵੀ ਡੀਜੇ ਹੀਰ ਨੂੰ ਲੈ ਕੇ ਕੁਝ ਜ਼ਿਆਦਾ ਹੀ ਅਲਰਟ ਹੋ ਚੁੱਕੇ ਨੇ, ਸਾਡੀ ਛੋਟੀ ਜਿਹੀ ਗਲਤੀ ਵੀ ਸਾਨੂੰ ਬਹੁਤ ਭਾਰੀ ਪੈ ਸਕਦੀ ਹੈ। ਜੇ ਡੀਜੇ ਨੂੰ ਕੁਝ ਵੀ ਪਤਾ ਲੱਗ ਗਿਆ ਨਾ, ਤਾਂ ਅਸੀਂ ਦੋਵੇਂ ਸਿੱਧਾ ਜੇਲ੍ਹ ਜਾਵਾਂਗੇ। ਜੇਲ੍ਹ? ਇਹ ਜੇਲ੍ਹ ਜਾਣ ਦੀ ਗੱਲ ਕਿਉਂ ਕਰ ਰਹੇ ਨੇ? ਉਫ਼, ਤੁਸੀਂ ਇੰਨਾ ਡਰਦੇ ਕਿਉਂ? ਅਸੀਂ ਕੋਈ ਜੇਲ੍ਹ ਵੇਲ ਨਹੀਂ ਜਾਵਾਂਗੇ। ਇਹ ਮੇਰਾ ਡਰ ਨਹੀਂ, ਇਹ ਮੇਰੀ ਸਮਝਦਾਰੀ ਹੈ। ਤੇਰਾ ਇਹੀ ਓਵਰ ਕੌਨਫੀਡੈਂਸ ਨਾ ਤੈਨੂੰ ਇੱਕ ਦਿਨ ਬਹੁਤ ਬੁਰਾ ਫਸਾਊਗਾ। ਯਾਦ ਹੈ ਨਾ ਪਿਛਲੀ ਵਾਰ ਕੀ ਹੋਇਆ ਸੀ? ਉਹ ਤਾਂ ਮੈਂ ਤੈਨੂੰ ਬਚਾ ਲਿਆ। ਡੀਜੇ, ਕੀ ਪਤਾ ਹੁਣ ਇਹ ਚੇਨ ਕਿਸ ਦੀ ਹੈ? ਤੁਹਾਡੇ ਵਿਆਹ ਦੇ ਵਿੱਚ ਵੀ ਕਿੰਨੇ ਸਾਰੇ ਗੈਸਟ ਆਏ ਸੀ, ਕੀ ਪਤਾ ਪੂਲ ਦੇ ਨੇੜੇ ਕੋਈ ਉਹਨਾਂ ਵਿੱਚੋਂ ਕੋਈ ਗਿਆ ਹੋਵੇ, ਉੱਥੇ ਉਹਨਾਂ ਦੀ ਚੇਨ ਡਿੱਗੀ ਹੋਵੇ। ਅਸੀਂ ਹੁਣ ਕਿਹਦੇ ਕਿਹਦੇ 'ਤੇ ਇਲਜ਼ਾਮ ਲਾਉਂਦੇ ਫਿਰਾਂਗੇ? ਅਤੇ ਅਸੀਂ ਵਿਚਾਰੀ ਸੀਰਤ ਨੂੰ ਵੀ ਇਸ ਮੈਟਰ ਦੇ ਵਿੱਚ ਐਵੇਂ ਘਸੀਟ ਹੈ। ਜੇ ਡੀਜੇ ਨੂੰ ਪਤਾ ਲੱਗ ਜਾਂਦਾ ਨਾ ਕਿ ਉਹ ਚੈਨ ਤੇਰੀ ਹੈ, ਤਾਂ ਇਸ ਟਾਈਮ ਤੂੰ ਪੁਲਿਸ ਦੇ ਹਵਾਲੇ ਹੁੰਦੀ। ਵੇਖ ਸੀਰਤ, ਮੈਂ ਤੈਨੂੰ ਸਮਝਾ ਰਹੀ ਹਾਂ, ਸ਼ਾਂਤ ਹੋ ਜਾ। ਹਾਲੇ ਕੁਝ ਦਿਨਾਂ ਲਈ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਹੈ। ਤੈਨੂੰ ਸਮਝ ਆ ਰਿਹਾ ਨਾ ਕਿ ਮੈਂ ਤੈਨੂੰ ਕੀ ਕਹਿ ਰਹੀ ਹਾਂ? ਚੱਲ ਠੀਕ ਹੈ, ਹੁਣ ਤੂੰ ਜਾ, ਅਤੇ ਜੇ ਤੈਨੂੰ ਇੱਥੇ ਕਿਸੇ ਨੇ ਵੇਖ ਲਿਆ ਨਾ, ਐਵੇਂ ਫਾਲਤੂ ਦਾ ਸਿਆਪਾ ਪੈ ਜੂਗਾ। ਠੀਕ ਹੈ, ਬਾਏ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫ਼ਤ।